subscribe my channel and click on bell icon button for more updates regarding els sab to pehla ap statement padangi jo task 2 de ditti hai nowadays many people work part or full time from home some people say that working from home has many benefits while others disagree discuss both views and give your own opinion sab to pehla apan nu translate karde ha ki ditta hoya matlab kende ajj de dinade vich many people bahut sare log work part aur full time from home karan to hi ke karde ha jeda apna kam karde hai like office da koi bhi kam karde o part time vi karde hai kai aur full time vi karde hai ਸਮ ਪੀਪਲ ਸੇ ਥੈਟ ਕਹਿੰਦੇ ਕੁਝ ਲੋਕ ਇਹ ਸੋਚਦੇ ਆ ਵਰਕਿੰਗ ਫਰਮ ਹੋਮ ਘਰ ਤੋਂ ਕੰਮ ਕਰਨਾ ਹੈਜ਼ ਮੈਨੀ ਬੈਨੀਫਿਟਸ ਬਹੁਤ ਸਾਰੇ ਲਾਭ ਆ ਵਾਈਲ ਅਦਰਸ ਡਿਸਐਗਰੀ ਤਾਂ ਦੂਸਰੀ ਤਰਫ ਲੋਕ ਕੁਝ ਇਹੋ ਜਿਹੇ ਨਹੀਂ ਜੋ ਸੋਚਦੇ ਨੇ ਕਿ ਇਹਨਾਂ ਨਾਲ ਕੀ ਆ ਡਰਾਬੈਕਸ ਆ ਘਰ ਤੋਂ ਕੰਮ ਕਰਨਾ ਇਹਦੇ ਨਾਲ ਕੀ ਆ ਲਾਭ ਨਹੀਂ ਸਗੋ ਹਾਨੀ ਆ ਡਿਸਐਡਵਾਂਟੇਜ ਆ ਇਹਦੀ ਡਿਸਕਸ ਬੋਥ ਵਿਊਜ਼ ਆਪਾਂ ਦੋਨੋਂ ਵਿਊਜ਼ ਦਵਾਂਗੇ ਐਂਡ ਗਿਵ ਯੂਰ ਓਨ ਓਪੀਨੀਅਨ ਤਾਂ ਆਪਦਾ ਓਪੀਨੀਅਨ ਦਵਾਂਗੇ ਕਿ ਆਪਾਂ ਕੀ ਸੋਚ ਰੱਖਦੇ ਆ ਸਭ ਤੋਂ ਪਹਿਲਾਂ ਸਟਾਰਟ ਕੀ ਕਰਨਾ जो भी अपना टास्क टू स्टार्ट करना पैराफ्रेज करना हूँ पैराफ्रेज मतलब सिनेनम यूज करा बट जी स्टेटमेंट है मतलब चेंज नहीं होना चाहिए सो नाउ अ डेज मतलब दीज डेज देयर आर अ लॉट ऑफ पीपल हु डू देयर वर्क फ्रॉम होम आदर इट इज पार्ट टाइम और फुल टाइम जॉब according to some people working from home has many advantages advantages matlab jithe apne kol statement de vich benefits likhya ohn di jagah apan likhta advantages while others do not agree with it while others disagree matlab jede log a kuch nahi agree karde statement de naal i shall discuss the both views in coming paragraph te main jede mere vichar a oh main agle pare de vich dasunga fir us to baad hun jadon vi apan start karna ਕੋਈ ਨਾ ਕੋਈ ਕਨੈਕਟਰ ਲਾਣਾ ਜਿਵੇਂ ਮੈਂ ਲਾਤਾ ਆਨ ਦਾ ਵਨ ਹੈਂਡ ਆਨ ਦਾ ਵਨ ਹੈਂਡ ਕਿਉਂ ਯੂਜ਼ ਕੀਤਾ ਕਿਉਂਕਿ ਇੱਥੇ ਆਪਾਂ ਦੋ ਚੀਜ਼ਾਂ ਦੀ ਗੱਲ ਕਰਾਂਗੇ ਸਮ ਪੀਪਲ ਆਰਗਿਊ ਡੈਟ ਇਟ ਇਜ਼ ਬੈਟਰ ਫਾਰ देम ਟੂ ਡੂ ਵਰਕ ਫਰਮ ਹੋਮ ਫਾਰ ਸੈਵਰਲ ਰੀਜ਼ਨਸ ਬਹੁਤ سارے ਰੀਜ਼ਨਸ ਆਂਦੇ ਹੁਣ ਆਪਾਂ ਰੀਜ਼ਨ ਦੱਸਾਂਗੇ ਕੀ ਕੀ ਆ ਰੀਜ਼ਨ ਦਾ ਫਰਸਟ ਐਂਡ ਦਾ ਫਰਮਸਟ ਰੀਜ਼ਨ ਇਜ਼ ਡੈਟ ਫੀਲਿੰਗ ਕੰਫਰਟੇਬਲ ਸਭ ਤੋਂ ਪਹਿਲਾਂ ਕੀ ਰੀਜ਼ਨ ਆਂਦੇ ਵਿੱਚ ਕਿ ਜਿਹੜਾ ਕੰਫਰਟੇਬਲ ਫੀਲ ਹੁੰਦਾ टू एक्सप्लेन हुला अपन नु एक्सप्लेन ਕਰਾਂਗੇ ਕਿ ਕੰਫਰਟੇਬਲ ਫੀਲ ਕਿਉਂ ਹੁੰਦਾ ਘਰ ਦੇ ਵਿੱਚ ਰਹਿ ਕੇ ਕੰਮ ਕਰਨਾ ਪੀਪਲ ਡੂ ਨੋਟ ਹੈਵ ਟੂ ਵੇਅਰ ਨੇਕਟਾਈਸ ਲੋਕਾਂ ਨੂੰ ਜ਼ਰੂਰਤ ਨਹੀਂ ਪੈਂਦੀ ਕਿ ਉਹ ਲਾਈਕ ਮਤਲਬ ਟਾਈ ਵਗੈਰਾ ਲਾਣ ਡਰੈਸ ਪਾਣ ਸ਼ੂਜ਼ ਪਾਣ ਜਾਂ ਫਾਰਮਲ ਕਲੋਥਸ ਪਾਣ ਜੌਬ ਦੇ ਲਈ ਐਸ ਸਮ ਟਾਈਮਸ ਪੀਪਲ ਗੈਟ ਫਰਸਟ੍ਰੇਟਿਡ ਬਾਈ ਫਾਰਮਲ ਡਰੈਸ ਕਿਉਂ ਕਿਉਂਕਿ ਕੁਝ ਲੋਕ ਕਿ ਫਰਸਟ੍ਰੇਟ ਹੋ ਜਾਂਦੇ ਉਹਨਾਂ ਨੂੰ ਔਖਾ ਲੱਗਦਾ ਕੱਪੜੇ ਪਾਣਾ ਲੀ ਫਾਰਮਲੀ ਸੋ ਮਾਸਿਸ ਅ ਪੀਪਲ ਦੀ ਜਗ੍ਹਾ ਆਪਾਂ ਕੀ ਯੂਜ਼ ਕਰ ਲਿਆ ਮਾਸ ਸੀ ਸਿਨੋਨਿਮਸ ਹੈ ਇਹ ਕੈਨ ਵੇਅਰ ਅਕੋਰਡਿੰਗ ਟੂ देयर ਚੋਇਸ ਵਿਚ ਮੇਕਸ देम ਮੋਰ ਕੰਫਰਟੇਬਲ ਟੁਵਾਰਡਸ देयर ਵਰਕ ਇਸ ਕਰਕੇ ਕੀਆ ਉਹ ਆਪ ਦੇ ਅਕੋਰਡਿੰਗ ਜੋ ਮਰਜ਼ੀ ਪਹਿਰਾਵਾ ਪਾ ਸਕਦੇ ਨੇ ਜਿਨ੍ਹਾਂ ਨਾਲ ਉਹਨਾਂ ਨੂੰ ਕੰਫਰਟੇਬਲ ਫੀਲ ਹੁੰਦਾ ਸੈਕੰਡਲੀ ਸੈਕੰਡਲੀ ਇੱਥੇ ਕਨੈਕਟਰ ਯੂਜ਼ ਕੀਤਾ ਆਪਾਂ most people prefer job from home as it saves the precious time of individual ਕਹਿੰਦੇ ਦੂਸਰਾ ਰੀਜ਼ਨ ਇਹ ਹੈ ਕਿ ਜ਼ਿਆਦਾਤਰ ਜਿਹੜੇ ਲੋਕ ਆ ਉਹ ਪ੍ਰੇਫਰ ਕਰਦੇ ਆ ਜੌਬ ਆਪਦੀ ਘਰ ਤੋਂ ਹੀ ਕਿਉਂਕਿ ਇਹਨਾਂ ਨਾਲ ਉਹਨਾਂ ਦਾ ਜਿਹੜਾ ਇੰਪੋਰਟੈਂਟ ਟਾਈਮ ਆ ਉਹ ਬਚ ਜਾਂਦਾ ਇਨ ਐਡੀਸ਼ਨ ਟੂ ਇਟ ਫਿਰ ਆਪਾਂ ਕਨੈਕਟਰ ਲਗਾਤਾ ਲਾਈਕ ਹੁਣ ਉਹਨੂੰ ਐਕਸਪਲੇਨ ਕਰਨਾ ਆਪਾਂ ਦੋਸ ਹੂ ਵਰਕ ਫਰਮ ਹੋਮ ਡੂ ਨੋਟ ਹੈਵ ਟੂ ਫੇਸ ਐਨੀ ਪ੍ਰੋਬਲਮਸ ਕਹਿੰਦੇ ਰੀਜ਼ਨ ਇਹ ਹੈ ਕਿ ਜਿਹੜੇ ਲੋਕ ਘਰਾਂ ਤੋਂ ਕੰਮ ਕਰਦੇ ਆ ਉਹਨਾਂ ਨੂੰ ਕੋਈ ਪ੍ਰੋਬਲਮਸ ਲਿਕ ਪ੍ਰੋਬਲਮਸ ਨੂੰ ਫੇਸ ਨਹੀਂ ਕਰਨਾ ਪੈਂਦਾ ਪ੍ਰੋਬਲਮਸ ਕਿਹੜੀਆਂ ਕਰੀਆਂ ਲਿਕ ਜਿਹੜੀ ਡੇਲੀ ਲਾਈਫ ਦੇ ਵਿੱਚ ਆਉਂਦੀਆਂ ਕਿਹੜੀਆਂ ਕਿਹਨੇ ਇੱਕ ਤਾਂ ਟ੍ਰੈਫਿਕ ਕੰਜੈਸ਼ਨ ਉਹਨਾਂ ਨੂੰ ਵੇਟ ਨਹੀਂ ਕਰਨੀ ਪੈਂਦੀ ਉਹ ਘਰ ਦੇ ਵਿੱਚ ਆਰਾਮ ਦੇ ਨਾਲ ਕੰਮ ਕਰ ਸਕਦੇ ਨੇ ਕੋਈ ਪਬਲਿਕ ਟਰਾਂਸਪੋਰਟ ਦਾ ਕੋਈ ਇਸ਼ੂ ਨਹੀਂ ਰਹਿੰਦਾ ਕੋਈ ਰੋਡ ਦੀ ਪ੍ਰੋਬਲਮ ਨਹੀਂ ਕੋਈ ਸੀਟ ਦੀ ਪ੍ਰੋਬਲਮ ਨਹੀਂ ਸੋ ਦੇ ਆਰ ਏਬਲ ਟੂ ਵਰਕ ਇੰਡੀਪੈਂਡੈਂਟਲੀ ਵਿਦਾਊਟ ਕ੍ਰੀਏਟ ਐਨੀ ਡਿਸਟਰਬੈਂਸ ਵਿਚ ਆਰ ਕੌਜ਼ਡ ਬਾਈ ਥੀਸ ਐਂਡ ਦੇ ਵਿਲ ਨੈਵਰ ਬੀ ਸਟ੍ਰੈਸਡ ਕਿੰਦੇ ਇਸ ਕਰਕੇ ਕੀ ਉਹ ਆਪ ਦਾ ਆਰਾਮ ਦੇ ਨਾਲ ਪੂਰੀ ਆਜ਼ਾਦੀ ਦੇ ਨਾਲ ਆਪ ਦਾ ਕੰਮ ਕਰ ਸਕਦੇ ਨੇ ਉਹਨਾਂ ਨੂੰ ਕੋਈ ਡਿਸਟਰਬੈਂਸ ਨਹੀਂ ਹੁੰਦੀ ਜਿਹੜੀ ਇਹਨਾਂ ਫੈਕਟਰਸ ਦੇ ਕਰਕੇ ਹੁੰਦੀਆਂ ਤੇ ਉਹ ਕਦੇ ਵੀ ਸਟ्रेस ਦੇ ਵਿੱਚ ਨਹੀਂ ਆਣਗੇ ਸੋ ਇਹ ਸੀ ਆਪਣੇ ਕੋਲ ਪੈਰਾਗ੍ਰਾਫ 1 ਆਈ ਹੋਪ ਤੁਹਾਨੂੰ ਸਮਝ ਲੱਗ ਗਿਆ ਹੋਊਗਾ ਹੁਣ ਆਪਾਂ ਪੈਰਾਗ੍ਰਾਫ 2 ਦੇ ਵਿੱਚ ਦੱਸਾਂਗੇ ਕਿ ਜਿਹੜੇ ਲੋਕ ਡਿਸਐਗਰੀ ਕਰਦੇ ਨੇ ਇਸ ਸਟੇਟਮੈਂਟ ਦੇ ਨਾਲ ਹੁਣ ਆਪਾਂ ਪੈਰਾਗ੍ਰਾਫ 2 ਦੀ ਗੱਲ ਕਰਾਂਗੇ ਔਨ ਦੀ ਅਦਰ ਹੈਂਡ ਹੁਣ ਆਪਾਂ ਇੱਥੇ ਦੂਸਰੀ ਤਰਫ ਦੱਸਣਾ ਪਹਿਲਾਂ ਆਪਾਂ ਲਾਇਆ ਸੀ ਔਨ ਦਾ ਵਨ ਹੈਂਡ ਹੁਣ ਆਪਾਂ ਲਾਤਾ ਔਨ ਦੀ ਅਦਰ ਹੈਂਡ ਦੋਸ ਹੂ ਵਰਕ ਵਰਕਿੰਗ ਫਰਮ ਹੋਮ ਲੀਡਸ ਟੂ ਸਮ ਪ੍ਰੋਬਲਮਸ ਕਹਿੰਦੇ ਦੂਸਰੀ ਤਰਫ ਜਿਹੜੇ ਘਰਾਂ ਤੋਂ ਕੰਮ ਕਰਦੇ ਆ ਉਹਨਾਂ ਨੂੰ ਕੁਝ ਪ੍ਰੋਬਲਮਸ ਮਤਲਬ ਫੇਸ ਕਰਨੀਆਂ ਪੈਂਦੀਆਂ ਨੇ ਕੁਝ ਪ੍ਰੋਬਲਮਸ ਆndੀਆਂ ਨੇ ਉਹ ਕਿਹੜੀਆਂ ਕਿਹੜੀਆਂ ਪੀਪਲ ਹੂ ਡੂ देयर ਜੌਬ ਐਟ ਹੋਮ ਕੈਨ ਨਾਟ ਏਬਲ ਟੂ ਬੀਕਮ ਸੋਸ਼ੀਅਲਾਈਜ਼ ਕਹਿੰਦੇ ਜਿਹੜੇ ਲੋਕ ਜੌਬ ਕਰਦੇ ਨੇ ਘਰ ਦੇ ਵਿੱਚ ਉਹ ਕੀ ਐ ਸੋਸ਼ੀਅਲਾਈਜ਼ ਨਹੀਂ ਹੁੰਦੇ ਸੋਸਾਇਟੀ ਦੇ ਨਾਲ ਉਹਨਾਂ ਦਾ ਕੋਈ ਲਿੰਕ ਨਹੀਂ ਰਹਿੰਦਾ ਰਿਲੇਸ਼ਨਸ਼ਿਪ ਜਿਹੜਾ ਸੋਸਾਇਟੀ ਦੇ ਨਾਲ ਬੰਨਦਾ ਉਹ ਇਨਸਟਰੋਂਗ ਨਹੀਂ ਹੁੰਦਾ ਹੋਮ ਵਰਕਰਸ ਹੁਣ ਜਿਹੜੇ ਆਪਾਂ ਘਰਾਂ ਤੇ ਘਰਾਂ ਤੋਂ ਕੰਮ ਕਰਦੇ ਨੇ ਉਹਨੂੰ ਆਪਾਂ ਯੂਜ਼ ਕਰ ਸਕਦੇ ਹਾਂ ਹੋਮ ਵਰਕਰਸ ਸਪੈਂਡ ਮੋਸਟ ਆਫ देयर ਟਾਈਮ ਅਲੋਨ ରାਦਰ ਦੈਨ ਇੰਟਰੈਕਟਿੰਗ ਵਿਦ ਕੋਲੀਗਸ ਐਟ ਅ ਕੰਪਨੀ which makes the person passive ਕਹਿੰਦੇ ਜਿਹੜੇ ਘਰ ਦੇ ਵਿੱਚ ਰਹਿ ਕੇ ਕੰਮ ਕਰਦੇ ਨੇ ਉਹ ਜ਼ਿਆਦਾਤਰ ਇਕੱਲੇ ਰਹਿੰਦੇ ਨੇ ରାਦਰ ਦੈਨ ਕਿੰਨਾਂ ਦੀ ਬਜਾਏ ਉਹ ਇੰਟਰੈਕਟ ਨਹੀਂ ਕਰ ਪਾਉਂਦੇ ਕੋਲੀਗਸ ਦੇ ਨਾਲ ਕਿੱਥੇ ਉਹਨਾਂ ਨੇ ਕੰਪਨੀ ਦੇ ਵਿੱਚ ਆਫਿਸ ਦੇ ਵਿੱਚ ਰਹਿ ਕੇ ਉਹਨਾਂ ਨੇ ਲਾਈਕ ਅ ਇੰਟਰੈਕਟ ਹੋਣਾ ਸੀ ਰਿਲੇਸ਼ਨਸ਼ਿਪ ਉਹਨਾਂ ਦਾ ਸਟਰੋਂਗ ਹੋਣਾ ਸੀ ਬਟ ਉਹ ਘਰ ਦੇ ਵਿੱਚ ਰਹਿ ਕੇ ਇਕੱਲੇ ਇਕੱਲਾਪਨ ਮਹਿਸੂਸ ਹੁੰਦਾ ਉਹਨਾਂ ਨੂੰ ਤੇ ਕਈ ਵਾਰ ਕੋਈ ਪ੍ਰੋਬਲਮ ਆ ਜਾਂਦੀ ਉਹ ਕਿਹਦੇ ਨਾਲ ਡਿਸਕਸ ਕਰਨ ਉਹਨਾਂ ਕੋਲ ਕੋਈ ਚਾਰਾ ਨਹੀਂ ਹੁੰਦਾ ਸੋ ਇਹਨਾਂ ਨਾਲ ਜਿਹੜਾ ਪਰਸਨ ਹੈ ਉਹ ਕੀ ਹੈ ਪੈਸਿਵ ਬਨ ਜਾਂਦਾ ਐਕਟਿਵ ਨਹੀਂ ਰਹਿੰਦਾ ਟੂ ਐਗਜ਼ੈਂਪਲੀਫਾਈ ਐਗਜ਼ੈਂਪਲੀਫਾਈ ਮਤਲਬ ਅਪ ਇਲੂਸਟ੍ਰੇਟ ਦਵਾਂਗੇ ਕੋਈ ਐਗਜ਼ੈਂਪਲ ਦਵਾਂਗੇ ਇਫ ਅ ਪਰਸਨ ਟੂ ਜੌਬ ਇਨ ਕੰਪਨੀ ਕਹਿੰਦੇ ਅਗਰ ਕੋਈ ਪਰਸਨ ਜੌਬ ਕਰਦਾ ਕਿਸੇ ਕੰਪਨੀ ਦੇ ਵਿੱਚ ਦੈਨ ਹੀ ਕੈਨ ਇੰਟਰੈਕਟ ਵਿਦ এমਪਲੋਇਜ਼ ਬਾਏ ਗੈਟਿੰਗ ਮੋਰ ਇਨਫੋਰਮੇਸ਼ਨ ਕਹਿੰਦੇ ਉਹ ਇੰਟਰੈਕਟ ਕਰਦਾ ਕਿੰਦੇ ਦੁਆਰਾ ਜਦੋਂ ਉਹ ਇਨਫੋਰਮੇਸ਼ਨ ਉਹਨੂੰ ਪ੍ਰਾਪਤ ਹੁੰਦੀ ਹੈ the other reason dusra reason kia is doing job at home is distraction in work kende dusra reason eh hai kai var ghar de vich reh ke vi onna nu distraction hundi hai apne kamm de vich sometimes people do not concentrate on their work properly kende uh, sometimes kuch situation da circumstances edda de hunde ne ki jade log aa oh apna kamm changi tarah nahi kar pande not able to give accurate results as it may get ਡਿਸਟਰੈਕਸ਼ਨਸ ਫਰਮ ਸਰਾਉਂਡਿੰਗਸ ਕਹਿੰਦੇ ਕਈ ਵਾਰ ਜਿਹੜੇ ਆਸ-ਪਾਸ ਦੇ ਪੜੋਸੀ ਆ ਜਾਂ ਫਿਰ ਕੋਈ ਵੀ ਸੋਸਾਇਟੀ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਆ ਤਾਂ ਉਹਨਾਂ ਨਾਲ ਕੀ ਹੁੰਦਾ ਜਿਹੜਾ ਬੰਦਾ ਕੰਮ ਕਰ ਰਿਹਾ ਹੁੰਦਾ ਉਹ ਆਪਦੇ ਕੰਮ ਦੇ ਵਿੱਚ ਕਨਸੈਂਟਰੇਸ਼ਨ ਨਹੀਂ ਦਿਖਾ ਸਕਦਾ ਲਾਈਕ ਡਿਟਰਮੀਨੇਸ਼ਨ ਨਹੀਂ ਹੁੰਦੀ ਹੁੰਦੀ ਕੰਮ ਦੇ ਪ੍ਰਤੀ ਸੋ ਇਹਦੇ ਨਾਲ ਕੀ ਆ ਉਹ ਜਿਹੜਾ ਰਿਜ਼ਲਟ ਉਹਨੇ ਸਹੀ ਦੇਣਾ ਹੁੰਦਾ ਉਹ ਏਬਲ ਨਹੀਂ ਹੋ ਪਾਂਦਾ ਐਕੂਰੇਟ ਰਿਜ਼ਲਟਸ ਐਕੂਰੇਟ ਮਤਲਬ ਬਿਲਕੁਲ ਸਹੀ ਸੋ ਇਹ ਸੀ ਰੀਜ਼ਨ ਹੁਣ ਆਪਾਂ ਕਨਕਲੂਜਨ ਦਵਾਂਗੇ ਟਾਸਕ 2 ਦੇ ਵਿੱਚ ਕਨਕਲੂਜਨ ਦੇਣਾ ਜ਼ਰੂਰੀ ਹੁੰਦਾ ਕਨਕਲੂਜਨ ਦੇ ਵਿੱਚ ਆਪਾਂ ਕੀ ਕਰਨਾ ਹੁੰਦਾ ਲਾਈਕ ਪੂਰਾ ਨਿਚੋੜ ਦੇਣਾ ਹੁੰਦਾ ਜੋ ਵੀ ਆਪਾਂ ਪੈਰਾਗ੍ਰਾਫ 1 ਔਰ ਪੈਰਾਗ੍ਰਾਫ 2 ਦੇ ਵਿੱਚ ਦਿੱਤਾ ਫਿਰ ਨਾਲ ਦੀ ਨਾਲ ਉਹਨਾਂ ਨੇ ਸਟੇਟਮੈਂਟ ਦੇ ਵਿੱਚ ਪੁੱਛਿਆ ਸੀ ਕਿ ਆਪ ਦਾ opinion ਦੱਸਣਾ ਸੋ ਆਪਾਂ opinion ਵੀ ਕਨਕਲੂਜਨ ਦੇ ਵਿੱਚ ਹੀ ਦਵਾਂਗੇ ਇਨ ਕਨਕਲੂਜਨ ਆਲਦੋ ਸਮ ਪੀਪਲ ਪ੍ਰੇਫਰ ਟੂ ਵਰਕ ਐਟ ਹੋਮ ਬਟ ਇਟ ਲੀਡਸ ਟੂ ਸਮ ਕ੍ਰਿਟੀਕਲ ਪ੍ਰੋਬਲਮ ਕਹਿੰਦੇ ਭਾਵੇਂ ਕਿ ਕੁਝ ਲੋਕ ਪ੍ਰੈਫਰ ਕਰਦੇ ਨੇ ਘਰ ਦੇ ਵਿੱਚ ਰਹਿ ਕੇ ਆਪਦਾ ਕੰਮ ਕਰਨਾ ਬਟ ਇਹਦੇ ਨਾਲ ਕੁਝ ਪ੍ਰੋਬਲਮਸ ਵੀ ਹੁੰਦੀਆਂ ਇਨ ਮਾਈ ਓਪੀਨੀਅਨ ਕਹਿੰਦੇ ਹੁਣ ਮੈਂ ਇੱਥੇ ਆਪਦਾ ਓਪੀਨੀਅਨ ਦੱਸਣਾ ਦ ਬੈਸਟ ਵੇ ਫਾਰ ਪੀਪਲ ਕਹਿੰਦੇ ਬੈਸਟ ਤਰੀਕਾ ਕੀ ਆ ਕੰਮ ਕਰਨ ਦਾ ਐਟ देयर ਵਰਕ ਪਲੇਸ ਬੈਸਟ ਤਰੀਕਾ ਇਹ ਹੈ ਕਿ ਉਹ ਆਪਦੇ ਵਰਕ ਪਲੇਸ ਤੇ ਕੰਮ ਕਰਨ ਸੋ ਇੰਡੀਵਿਜੂਅਲ ਕੁਡ ਫੋਕਸ ਔਨ देयर ਵਰਕ ਇਸ ਕਰਕੇ ਜਿਹੜਾ ਇੰਡੀਵਿਜੂਅਲ ਆ ਇੱਕ ਪੀਪਲ ਆ ਇੱਕ ਲੋਕ ਆ ਉਹ ਆਵਦਾ ਕਿ ਆਪਦੇ ਪੂਰਾ ਜਿਹੜਾ ਉਹ ਕੰਮ ਕਰ ਰਹੇ ਹੁੰਦੇ ਤੇ ਫੋਕਸ ਕਰ ਸਕੇ ਐਂਡ ਸੋਸ਼ੀਅਲਾਈਜ਼ ਵਿਦ ਅਦਰਸ ਤੇਨ ਦੇ ਨਾਲ ਕੀ ਹੋਊਗਾ ਸੋਸ਼ੀਅਲਾਈਜ਼ ਹੋਊਗਾ ਉਹ ਸੋਸਾਇਟੀ ਦੇ ਨਾਲ ਉਹਦਾ ਜਿਹੜਾ ਰਿਲੇਸ਼ਨਸ਼ਿਪ ਹੈ ਇੰਟਰੈਕਟ ਹੋਊਗਾ thus productivity could be increased by teamwork in company so ਜਿਹੜੀ ਪ੍ਰੋਡਕਟਿਵਿਟੀ ਆ ਪੈਸਾ ਜਿਹੜਾ ਬਣੂਗਾ ਉਹ ਜ਼ਿਆਦਾ ਹੋਊਗਾ ਕਿੰਦੇ ਨਾਲ ਜਦੋਂ ਉਹ ਟੀਮਵਰਕ ਕਰੂਗਾ ਇੱਕ ਕੰਪਨੀ ਦੇ ਵਿੱਚ ਰਹਿ ਕੇ so ਇਹ ਐਸੇ ਸੀ ਜਿਹੜਾ ਰਾਈਟਿੰਗ ਟਾਸਕ 2 ਸੀ ਅਸੀਂ ਦਿੱਤਾ ਤੁਹਾਡੇ ਸਾਹਮਣੇ ਆਈ ਹੋਪ ਤੁਹਾਨੂੰ ਬਹੁਤ ਚੰਗਾ ਲੱਗਾ ਹੋਊਗਾ ਔਰ ਇਹ ਤੁਸੀਂ ਜੇ ਇਸ ਤਰੀਕੇ ਦੇ ਨਾਲ ਕੀਤਾ ਦਾ ਰਾਈਟਿੰਗ ਟਾਸਕ 2 ਤਾਂ ਬੈਂਡਿੰਗ ਤੋਂ ਕੋਈ ਨਹੀਂ ਰੋਕ ਸਕਦਾ so ਸਭ ਨੂੰ ਰਿਕਵੈਸਟ ਹੈ ਕਿ ਜੇ ਤੁਹਾਨੂੰ ਇਹ ਚੰਗਾ ਲੱਗਾ ਹੋਵੇ ਤਾਨੂੰ ਲੱਗਦਾ ਹੋਵੇ ਕਿ ਵਾਕਈ ਇਹ ਤੁਹਾਡੇ ਲਈ ਬੈਨੀਫੀਸ਼ੀਅਲ ਆ ਤਾਂ ਪਲੀਜ਼ ਸਾਡੇ ਚੈਨਲ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਤੇ ਅਸੀਂ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਵੀਡੀਓਜ਼ ਅਪਲੋਡ ਕਰਾਂਗੇ ਜਿਹੜੀ ਤੁਹਾਡੇ ਲਈ ਹੈਲਪਫੁਲ ਹੋਣਗੀਆਂ